ਜਿਹੜਾ ਵਕਤ ਵੇਖ ਰਿਹਾ ਜਨਾਬ ਅਸੀਂ ਇੱਥੇ ਕਣਕ 3000 ਦੀ ਲੱਭਣੀ ਜੇ ਔਰ ਜਨਾਬ ਮਰਨਾ ਫਿਰ ਇੱਕ ਆਮ ਆਦਮੀ ਨੇ ਜੇ ਮਰਨਾ ਐ ਸਨਵਰ ਸ਼ਾਹ ਨੇ ਜੇ ਜਿਹਦੀ 40000 ਤਨਖਾਹ ਹੈ ਜਿੰਦਾ ਕੋਈ ਬਜਟ ਨਹੀਂ ਬਣਾ ਸਕਦਾ ਸਰ ਇਹ ਕਿੱਥੋਂ ਆਪਣੀਆਂ ਬੱਚੀਆਂ ਦਾ ਵਿਆਹ ਕਰੇ ਇਹ ਕਿੱਥੋਂ ਆਪਣੇ ਪੁੱਤਰਾਂ ਦੀ ਤਾਲੀਮ ਕਰੇ ਕਿ ਇਹਦੀ ਕਿਸਮਤ ਵਿੱਚ ਲਿਖਿਆ ਹੋਇਆ ਹੈ ਕਿ ਸਾਰੀ ਉਮਰ ਇੱਥੇ ਚਪੜਾਸੀ ਦਾ ਰੋਲ ਅਦਾ ਕਰਦਾ ਰਹੇ ਜਨਾਬ ਸਪੀਕਰ ਇਹ ਮੁਲਕ ਅਮੀਰਾਂ ਦਾ ਹੈ ਇਹ ਮੁਲਕ ਸਰਮਾਇਆਦਾਰਾਂ ਦਾ ਹੈ ਇੱਥੇ ਸਾਡੇ ਤਬਕੇ ਦੀ ਕੋਈ ਜਗ੍ਹਾ ਨਹੀਂ ਸਾਡੇ ਤਬਕੇ ਦੀ ਕੋਈ ਗੁੰਜਾਇਸ਼ ਨਹੀਂ ਅੱਜ ਅਗਰ ਨਹੀਂ ਵਧੀ ਤੇ ਗਰੀਬ ਆਦਮੀ ਦੀ ਤਨਖਾਹ ਨਹੀਂ ਵਧੀ ਵਜ਼ੀਰ ਆਜ਼ਮ ਦੀ ਤਨਖਾਹ ਅੱਜ ਵੀ ਇਸ ਮੁਲਕ 'ਚ ਵਧੀ ਹੈ ਅਗਰ ਇੱਥੇ ਆਮ ਆਦਮੀ ਨੂੰ ਪੀ ਦਿੱਤਾ ਜਾਂਦਾ ਹੈ ਔਰ ਤਗੜੇ ਬੰਦੇ ਨੂੰ ਸਰ ਫੈਸਿਲੀਟੇਟ ਕਰ ਦਿੱਤਾ ਜਾਂਦਾ ਹੈ ਕਦੀ ਸਰ GT ਰੋਡ ਤੇ ਰੋਜ਼ ਸਫ਼ਰ ਕਰਦੇ ਜੇ ਤੁਹਾਡੀ ਗੱਡੀ ਕੋਲੋਂ ਉਹ GT ਰੋਡ ਵਾਲੇ ਪੈਸੇ ਨਹੀਂ ਲੈਣਗੇ ਕਹਿਣਗੇ ਅਮੀਰ ਆਦਮੀ ਨੇ ਚੌਰੀ ਸਾਹਿਬ ਨੇ ਸਪੀਕਰ ਨੇ ਵੱਡੇ ਬੰਦੇ ਨੇ ਸਰ ਉੱਥੋਂ ਗਰੀਬ ਦੀ ਟੁੱਟੀ ਹੋਈ ਗੱਡੀ ਲੰਘੇਗੀ ਨਾ ਉਹਨੂੰ ਰੋਕ ਕੇ ਉਹਦੇ ਕੋਲ 20-30 ਰੁਪਏ ਲੈ ਲੈਣਗੇ ਜਨਾਬ ਸਪੀਕਰ ਅਮੀਰ ਆਦਮੀ ਦੀ ਇੱਥੇ ਇੱਜ਼ਤ ਹੈ ਔਰ ਗਰੀਬ ਸਰ ਇਹਨੂੰ ਪਹਿਲੇ ਕਰ ਲੈਣ ਦਿਓ ਮੇਰੇ ਖਿਆਲ ਹੈ ਇਹਦਾ ਜ਼ਰਾਤ ਨਾਲ ਜ਼ਿਆਦਾ ਤੱਲਕ ਹੈ ਜੀ ਇਹਨੂੰ ਕਰ ਲੈਣ ਦਿਓ ਜਨਾਬ ਸਪੀਕਰ ਮੈਂ ਆਪਣੇ ਵਜ਼ੀਰਾਂ ਤੋਂ ਮਾਜ਼ਰਤ ਨਾਲ ਇੰਡੀਆ ਦੀ ਇੱਕ ਗੱਲ ਹੈ ਇੰਡੀਆ ਚ ਇੱਕ ਬੰਦਾ ਵਜ਼ੀਰ ਬਣ ਗਿਆ ਹੁਣ ਵਿਚਾਰਾ ਨਵਾਂ ਨਵਾਂ ਸੀ UP ਸੀ ਅੰਡਰ ਟ੍ਰੇਨਿੰਗ ਸਰ ਉਹਨੂੰ ਪਤਾ ਕੋਈ ਨਹੀਂ ਖਾਬੇ ਕਿਵੇਂ ਹੁੰਦੇ ਨੇ ਉਹਨੇ ਨਾ ਜਨਾਬ ਇੱਕ ਠੇਕੇਦਾਰ ਆਇਆ ਉਹਨੇ ਆਖਿਆ ਯਾਰ ਅਗਰ ਇਹ ਠੇਕਾ ਦੇ ਦੇਵੇ ਨਾ ਤੇ ਮੈਂ ਤੈਨੂੰ ਰੁਪਇਆ 20 ਲੱਖ ਦਿਆਂਗਾ ਉਹਨੂੰ ਆਖਿਆ ਠੀਕ ਹੈ ਫਾਈਲ ਮੰਗਾਈ ਜਨਾਬ ਉਹਦੇ ਉੱਤੇ ਅਪਰੂਵਡ ਲਿਖ ਦਿੱਤਾ ਉਹ ਠੇਕੇਦਾਰ ਜਿਹੜਾ ਗਾਇਬ ਹੋ ਗਿਆ ਉਹ 3-4 ਦਿਨ ਆਇਆ ਕੋਈ ਨਾ ਵਜ਼ੀਰ ਬੜਾ ਪਰੇਸ਼ਾਨ ਬੈਠਾ ਆਪਣੇ ਦਫ਼ਤਰ ਪੀਣ ਆਇਆ ਉਹਦੇ ਕੋਲ ਉਹਨੇ ਆਖਿਆ ਜਨਾਬ ਮੈਂ ਤੁਹਾਡਾ ਚਿਹਰਾ ਵੇਖਿਆ ਬੜਾ ਲੱਥਾ ਹੋਇਆ ਮੈਂ ਇੱਥੇ ਬੜੇ ਅਰਸੇ ਤੋਂ ਮੁਲਾਜ਼ਮ ਹਾਂ ਬਲਕਿ ਇੰਝ ਹੀ ਸਮਝੋ ਇਹ ਵਜ਼ਾਰਤ ਮੈਂ ਹੀ ਚਲਾਈ ਨਾ ਹੁਕਮ ਕਰੋ ਮੈਂ ਤੁਹਾਡੇ ਮਸਲੇ ਦਾ ਹੱਲ ਕੱਢ ਦੇਣਾ ਵਜ਼ੀਰ ਵਿਚਾਰੇ ਨੇ ਦਿਲ ਦੀ ਗੱਲ ਦੱਸ ਦਿੱਤੀ ਕਿ ਯਾਰ ਇਹ ਚਬਲ ਮਾਰ ਬੈਠਾ ਤੋਂ ਪੈਸੇ ਵੀ ਲੈ ਗਿਆ ਤੇ ਫਾਈਲ ਵੀ ਲੈ ਗਿਆ ਉਸ ਅਗੇ ਜਿਹੜੀ ਫਾਈਲ ਦਫ਼ਤਰ ਹੀ ਕੁਝ ਫਾਈਲ ਮੰਗਾਓ ਇਹ ਮਸਲਾ 1 ਮਿੰਟ ਚ ਹੱਲ ਹੋ ਜਾਏਗਾ ਫਾਈਲ ਆ ਗਈ ਜੀ ਉਹਨੇ ਆਖਿਆ ਜੀ ਇੱਥੇ ਨੋਟ ਅਪਰੂਵਡ ਲਿਖ ਅਪਰੂਵ ਤੋਂ ਪਹਿਲੇ ਨੋਟ ਲਿਖ ਦਿਓ ਉਹਨੇ ਲਿਖ ਦਿੱਤਾ ਫਾਈਲ ਚਲੀ ਗਈ ਠੇਕੇਦਾਰ ਨੂੰ ਪਤਾ ਲੱਗਾ ਉਹ ਫਿਰ ਭੱਜਿਆ ਬਰੀਫ ਕੇਸ ਲੈ ਕੇ ਆਇਆ ਉਸ ਅਗੇ ਜੀ ਇਹ ਬਰੀਫ ਕੇਸ ਤੇ ਉਹ ਫਾਈਲ ਮੰਗਾ ਕੇ ਉਹਨੂੰ ਅਪਰੂਵ ਕਰੋ ਤੁਸੀਂ ਕੀ ਕੀਤਾ ਉਹ ਬਿਚਾਰਾ ਫਿਰ ਪਰੇਸ਼ਾਨ ਚੁਪੜਾਸੀ ਫਿਰ ਆਇਆ ਉਹਨੇ ਆਖਿਆ ਜਨਾਬ ਫਿਰ ਪਰੇਸ਼ਾਨ ਹੋ ਉਸ ਅਗੇ ਯਾਰ ਉਹ ਪੈਸੇ ਆ ਗਏ ਨੇ ਹੁਣ ਕੀ ਕਰਾਂ ਉਸ ਅਗੇ ਜੀ ਫਾਈਲ ਮੰਗਾ ਹੋ ਜਾਏਗਾ ਉਸ ਅਗੇ ਯਾਰ ਉਹ ਤੇ ਕਟਿੰਗ ਹੋਏਗੀ ਨਾ ਤੇ ਗੱਲ ਬੜੀ ਖਰਾਬ ਹੋ ਜਾਏਗੀ ਉਹ ਕਟਿੰਗ ਨਹੀਂ ਹੋਣੀ ਚਾਹੀਦੀ ਉਹਨੇ ਆਖਿਆ ਜੀ ਤੁਸੀਂ ਫਾਈਲ ਮੰਗਾਓ ਕਟਿੰਗ ਹੁੰਦੀ ਹੀ ਨਹੀਂ ਇਹ ਮੈਂ ਹੀ ਚਲਾਨਾ ਵਜ਼ਾਰਤ ਜਨਾਬ ਮੇਰਾ ਤਜਰਬਾ ਹੈ ਫਾਈਲ ਆ ਗਈ ਜੀ ਉਹਨੇ ਆਖਿਆ ਜਿਹੜਾ ਨੋਟ ਲਿਖਿਆ ਹੋਇਆ ਨਾ ਇਹਦੇ ਅੱਗੇ ਟੀ ਦੇ ਕੇ ਈ ਲਾ ਦਿਓ ਇਹ ਨੋਟ ਅਪਰੂਵਡ ਹੋ ਜਾਏਗਾ ਕੰਮ ਸਿੱਧਾ ਹੋ ਗਿਆ ਉਲਝੀ ਹੋਇਆ ਜਨਾਬ ਸਰ ਇੱਥੇ ਇੰਝ ਚੱਲ ਰਹੀਆਂ ਜੇ ਜਨਾਬ ਇੰਝ ਚੱਲ ਰਹੀਆਂ ਜੇ ਵਜ਼ਾਰਤਾਂ ਜਨਾਬ ਨੋਟ ਅਪਰੂਵਡ ਹੋ ਰਹੇ ਨੇ ਬਚਾ ਲਓ ਸਾਨੂੰ ਅਗਰ ਬਚਾ ਸਕਦੇ ਹੋ ਆਪਣੇ ਇਸ ਤਬਕੇ ਨੂੰ ਬਚਾ ਲਓ ਜਨਾਬ ਸਾਹਿਬ ਤੁਸੀਂ ਜ਼ਰਾਤ ਨਾਲ ਵਿਵਸਥਾ ਜੇ ਸਰ ਮੇਰੇ ਤੇ ਕੋਈ ਐਗਰੀਕਲਚਰਿਸਟ ਮੇਰੇ ਤੇ ਸਰ ਨਹੀਂ ਇਤਰਾਜ਼ ਕਰੇਗਾ ਸ਼ਹਿਰੀ ਮੇਰੇ ਭਾਈ ਜਿਹੜੇ ਨੇ ਉਹ ਜ਼ਰੂਰ ਕ੍ਰਿਟੀਸਾਈਜ਼ ਕਰਨਗੇ ਲੇਕਿਨ ਮੈਂ ਇਸ ਹਾਊਸ ਤੋਂ ਮਾਜ਼ਰਤ ਨਾਲ ਇਹ ਸੱਚ ਤੇ ਸੁਣਨੇ ਪੈਂਦੇ ਨੇ।